तुस देख रहे हो बिनिंग पंजाब टीवी दा स्पेशल प्रोग्राम स्वेर सांझ ते तुहाडे नाल आ गुरप्रीत सिंह चट्ठा। अज दे प्रोग्राम विच चर्चा करांगे कुछ वड्डियां ते अहम खबरां नूं लै के। भारत पोषण आशु दीआं मुश्किलां वधदीआं नजर आ रहीआं ने। ईडी दे वल्लों वी वड्डी कारवाई भारत पोषण आशु ते कर दित्ती गई है। की है पूरा मामला, इस नूं लै के गल्लबात करांगे। ते उधर प्रताप सिंह बाजवा ने सीएम भगवंत मान नूं इक वड्डा चैलेंज कीता है, की चैलेंज है उसनों लेके भी गलबात करांगे। ते उधर 17 अक्टूबर नू कांग्रेस प्रधान दी चोन होण जा रही है, कौन होवेगा अगला प्रधान इसनों लेके भी गलबात करांगे। ते गलबात करने प्रोग्राम च शामिल होए ने उगे सिख बुद्धिजीवी ते सियासी माहिर सरदार प्रीतम सिंह खानपुर बड़िंग। खानपुर साहब प्रोग्राम निघा स्वागत है जी, जय हो। गुरप्रीत जी, विनिंग प्रोग्राम देख रहे समुचे श्रोतियां दा, मैं अज गुरु अर्जन देव जी महाराज के गुरगद्दी दिवस के उत्ते प्रोग्राम देख रहे समुचे श्रोतियां नूं लख लख वधाई देना। वाहिगुरु जी का खालसा, वाहिगुरु जी फतेह। खानपुर साहब, जिस तरीके दे नाल लगातार भारत पोषण आशु दीआं मुश्किलां वधीआं होईआं ने, ते जेकर गल कीती जावे ईडी दे वल्लों भी हुण कारवाई दीआं तैयारियां ने, जिस तरीके दे नाल साडे सोर्स दस रहे ने कि ਉਹਨਾਂ ਦੇ ਉੱਤੇ ਈਡੀ ਦੇ ਵੱਲੋਂ ਵੀ ਮਾਮਲਾ ਦਰਜ ਕਰ ਲਿਆ ਗਿਆ, ਤਾਂ ਕਿਸ ਤਰੀਕੇ ਦੀਆਂ ਸਥਿਤੀਆਂ ਰਹਿਣ ਵਾਲੀਆਂ ਨੇ? ਗੁਰਪ੍ਰੀਤ ਜੀ, ਆਸੂ ਜੀ ਦਾ ਮਾਮਲਾ ਬਹੁਤ ਹੀ ਵੱਡਾ ਤੇ ਉਲਝਿਆ ਹੋਇਆ ਤੇ ਗੁੰਝਲਦਾਰ। ਇਸ ਮਾਮਲੇ ਦੀਆਂ ਤਾਰਾਂ ਦੇਸ਼ ਤੇ ਵਿਦੇਸ਼ਾਂ ਤੱਕ, ਦੁਬਈ ਤੱਕ ਫੈਲੀਆਂ। ਇਹਨੇ ਕਿਸ ਤਰ੍ਹਾਂ ਆਪਣੇ ਉਸ 2 ਨੰਬਰ ਦੇ ਪੈਸੇ ਨਾਲ ਉਹਨੂੰ ਕਿੱਥੇ ਸੈੱਟ ਕੀਤਾ, ਕੀ ਕੀਤਾ, ਕਿਹੜੇ ਕਿਹੜੇ ਬੰਦੇ ਨਾਲ ਲਾਏ, ਕਿਹੜੇ ਕਿਹੜੇ ਇਸ ਜਾਲ ਦੇ ਵਿੱਚ ਉਹਦੇ ਸਾਥੀ ਮਿੱਤਰ ਜਿਨ੍ਹਾਂ ਨੇ ਮਦਦ ਕਰੀ, ਉਹ ਸਾਰੇ ਹੀ ਲਪੇਟ ਦਿੱਤੇ ਜਾ ਰਹੇ। ਜਦੋਂ ਇਸ ਗੱਲ ਦਾ ਪਤਾ ਸੈਂਟਰ ਇੰਟੈਲੀਜੈਂਸ ਬਿਊਰੋ ਈਡੀ ਨੂੰ ਪਤਾ ਲੱਗਿਆ, ਤਾਂ ਈਡੀ ਦੇ ਜਲੰਧਰ ਜਿਹੜਾ ਦਫ਼ਤਰ ਹੁੰਦਾ, ਉਸ ਦਫ਼ਤਰ ਨੇ ਇਹਨਾਂ ਦੇ ਖਿਲਾਫ਼ ਇਸ ਮਾਮਲੇ ਦੀ ECR ਕਹਿੰਦੇ ਆ, ਜਿਹਨੂੰ ਆਪਾਂ ਮਾਮਲੇ ਦੀ ਦਰਜ FIR ਦਰਜ ਕਹਿੰਦੇ ਪੰਜਾਬੀ 'ਚ, ਆਪਾਂ FIR ਦਰਜ ਕਰਦੇ ਹਾਂ, ਕਿਉਂਕਿ ਇਹ ਮਾਮਲਾ ਬਹੁਤ ਲੰਬਾ ਹੈ। ਇਹ ਮਾਮਲਾ ਇੱਥੇ ਹੀ ਖਤਮ ਨਹੀਂ ਹੋਣਾ। ਇਸ ਮਾਮਲੇ ਦੇ ਵਿੱਚ ਮਨਪ੍ਰੀਤ ਬਾਦਲ, ਜਿਹਨੂੰ ਬਹੁਤ ਇਮਾਨਦਾਰ, ਬੜਾ ਸੁਲਝਿਆ ਹੋਇਆ ਤੇ ਬੜਾ ਚੰਗਾ ਪਰਿਵਾਰ ਕਹਿੰਦੇ, ਉਹ ਵੀ ਇਸ ਲਪੇਟ ਦੇ ਵਿੱਚ ਲੱਗਦਾ ਇਹਨਾਂ ਨੇ ਲੈ ਲਿਆ। ਉਹਦੇ ਖਿਲਾਫ਼ ਸਰੂਪ ਚੰਦ ਸਿੰਘ ਦਾ, ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਬਹੁਤ ਹੀ ਬਾਦਲਾਂ ਦੇ ਨੇੜੇ ਹੁੰਦਾ ਸੀ, ਅੱਜ ਆ ਕੱਲ੍ਹ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ, ਉਹ ਪਿੱਛੇ ਇਲੈਕਸ਼ਨ ਵੀ ਲੜੇ ਸੀਗੇ ਅਤੇ ਹਾਰ ਗਏ ਸੀਗੇ, ਹੁਣ ਉਹ ਭਾਰਤੀ ਜਨਤਾ ਪਾਰਟੀ। ਉਹਨਾਂ ਨੇ ਬਹੁਤ ਵੱਡੇ ਦੋਸ਼ ਲਾਏ ਨੇ ਕਿ ਇਸ ਜਿਹੜਾ ਅਨਾਜ ਦਾ ਘਟਾਲਾ ਹੋਇਆ, ਜੋ ਇਹ ਖੁਰਾਕ ਦਾ ਘਟਾਲਾ ਹੋਇਆ, ਇਹ ਘਟਾਲਾ ਇਕੱਲਾ ਜਲੰਧਰ ਲੁਧਿਆਣੇ ਵਿੱਚ ਹੀ ਨਹੀਂ ਹੋਇਆ, ਇਹ ਆਸੂ ਦੇ ਚਗਿਰਦ ਨਹੀਂ ਹੋਇਆ, ਇਹਦੀ ਜਿਹੜੀ ਸੀ ਸਾਡੇ ਬਠਿੰਡੇ ਜ਼ਿਲ੍ਹੇ ਤੱਕ ਵੀ ਇਹਦੀ ਜਿਹੜੀ ਮਾਰ ਪਈ ਹੈ। ਇੱਥੇ ਵੀ ਮਨਪ੍ਰੀਤ ਬਾਦਲ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਰਲ ਕੇ ਜਾਅਲੀ ਕੰਪਨੀਆਂ ਬਣਾ ਕੇ ਆਪਣੇ ਗੰਨਮੈਨਾਂ ਦੇ, ਆਪਣੇ ਡਰਾਈਵਰਾਂ ਦੇ ਨਾਂ ਦੇ ਉੱਤੇ ਬਹੁਤ ਹੀ ਏਰਾ ਫੇਰੀ। ਇਸ ਲਈ ਜਦੋਂ ਕੇਸ ਐਡਾ ਲੰਮਾ ਹੋ ਗਿਆ, ਉਸ ਕੇਸ ਦੀ ਇੱਕ ਨਿਰਪੱਖ ਜਾਂਚ ਕਰਵਾਉਣ ਦੇ ਲਈ ਈਡੀ ਨੇ ISR ਕਰਕੇ, ਇਹਦੇ ਵਿੱਚ ਹੋਰ ਵੀ ਬਹੁਤ ਬੰਦੇ ਫਸਣ ਵਾਲੇ, ਕਿਉਂਕਿ ਆਸ਼ੂ ਤਾਂ ਹੁਣ ਇਹ ਸਮਝ ਰਿਹਾ ਵੀ ਮੈਂ ਤਾਂ ਕੁਛ ਕੀਤਾ ਹੀ ਨਹੀਂ ਹੈਗਾ, ਜੇ ਚੁੱਪ ਕਰਕੇ ਵੀ ਮੈਂ ਬੋਲ ਨਹੀਂ ਰਿਹਾ, ਪਤਾ ਨਹੀਂ ਮੇਰੇ ਨਾਲ ਕੋਈ ਹੋਏ। ਅਤੇ ਦੂਜਾ ਜਿਹੜਾ ਤੇਲੂ ਰਾਮ ਸੀ, ਉਹ ਵੀ ਚੁੱਪ ਕਰ ਗਿਆ। ਇਹ ਇੱਕ ਚੁੱਪ ਹੈ ਜਿਹੜੀ, ਇਹ ਕਈ ਚੀਜ਼ਾਂ ਨੂੰ ਅਕਸੈਪਟ ਕਿ ਹਾਂ ਅਸੀਂ ਬੋਲੀਏ ਤਾਂ ਬੋਲੀਏ, ਕੀ ਬੋਲੀਏ, ਜੇ ਬੋਲਣ ਵਾਸਤੇ ਕੋਈ ਗੱਲ ਹੋਵੇ ਤਾਂ ਹੀ ਬੰਦਾ ਬੋਲਦਾ। ਗੁਨਾਹ ਤਾਂ ਇੰਨੇ ਨੇ, ਗੁਨਾਹਾਂ ਨਾਲ ਭਰੇ ਪਏ ਆ, ਤੇ ਇਸ ਕਰਕੇ ਇਹ ਈਡੀ ਨੇ ਆਪਣੇ ਹੱਥ ਮਾਮਲਾ ਲਿਆ ਤੇ ਉਹ ਇਹਦੀ ਜਾਂਚ ਕਰ ਰਹੀ ਹੈ। ਇਹਦੇ ਵਿੱਚ ਬਹੁਤ ਹੋਰ ਇਹਨਾਂ ਦੇ ਨਜ਼ਦੀਕੀ ਪਾਰਟੀ ਦੇ ਲੀਡਰ, MLA ਤੱਕ ਵਰਕੇ ਤੇ ਮਹਿਕਮਾ ਵੀ ਇਹਦੇ ਵਿੱਚ ਫਸੇਗਾ, ਜਿਸ ਕਰਕੇ ਇਹਦੀਆਂ ਜਿਹੜੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਹੋਣਗੀਆਂ। ਇਹੀ ਕੇਸ ਨਹੀਂ ਇਕੱਲਾ, ਹੁਣ ED ਦਾ ਮਤਲਬ ਹੈਗਾ ਕਿ ਭਾਰਤੀ ਜਨਤਾ ਪਾਰਟੀ ਸੈਂਟਰ ਦੇ ਵਿੱਚ ਬੈਠੀ, ਉਹ ਵੀ ਚਾਹੁੰਦੀ ਹੈ ਕਿ ਮੈਂ ਕਰਪਸ਼ਨ ਦੇ ਖਿਲਾਫ਼ ਹੈ, ED ਉਹਦੇ ਅੰਦਰ ਕੰਮ ਕਰਦੀ ਹੈ। ਉਹ ਵੀ ਕਹਿੰਦੇ ਵੀ ਦੇਖੋ ਅਸੀਂ ਕਿੰਨੇ ਕਿੱਡੇ ਸਕੈਂਡਲ ਫੜੇ, ਕਿੰਨਾ ਕਿੰਨੇ ਦੇ ਘਪਲੇ ਫੜੇ, ਇਹ ਲੋਕ ਕਿੰਨੇ ਬੇਈਮਾਨ, ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਬਦਨਾਮ, ਇਹਨਾਂ ਦੇ ਕੀਤੇ ਹੋਏ ਕਾਰਨਾਮਿਆਂ ਨੂੰ ਨੰਗਾ ਕਰਨ ਦੇ ਵਾਸਤੇ ਇਲੈਕਸ਼ਨਾਂ ਦੇ ਵਿੱਚ ਇਹ ਦਿਖਾ ਸਕੀਏ, ਬਹਿਨੋ ਔਰ ਭਾਈਓ ਦੇਖ ਲਓ ਹਮਨੇ ਇਤਨਾ ਵਸੂਲ ਕੀਆ, ਇਹ ਕੀਆ, ਇਹ ਖਾ ਰਹੇ ਨੇ। ਇਸ ਲਈ 24 ਤੱਕ ਬਹੁਤ ਕੁਛ ਹੋਣਾ ਹੈ, ਜਿਨ੍ਹਾਂ ਨੂੰ ਆਪਾਂ ਭਗਤ ਭਰੇ ਮਾਣ ਮਹਾਂਪੁਰਸ਼ ਭੱਦਰ ਪੁਰਸ਼ ਕਹਿੰਦੇ ਹਾਂ, ਜਦੋਂ ਰਾਤ ਦੇ ਇਮਾਮ ਜੋ ਸਾਰੇ ਨੰਗੇ ਨੇ, ਜਿਹਨੂੰ ਹੱਥ ਲਾਓਗੇ ਉਹੀ ਆ ਜਾਊਗਾ। ਇਸ ਲਈ ਇਹ ਮੁਸ਼ਕਲਾਂ ਸਾਂਭਣ ਵਾਲੀਆਂ ਨਹੀਂ, ਅਜੇ ਤਾਂ ED ਨੇ ਜਦੋਂ ਅੱਗੇ ਚੱਲਣਾ, ਇਹ ਤਾਂ ਅਜੇ ਵਿਜੀਲੈਂਸ ਕਹਿ ਰਹੀ ਹੈ ਦੁਬਈ ਤੱਕ ਹੈ, ਹੋ ਸਕਦਾ ਕਿ ਅਮੈਰੀਕਾ ਕੈਨੇਡਾ ਤੱਕ ਵੀ ਇਹਦੀਆਂ ਸਾਖਾਂ ਪਹੁੰਚ ਜਾਣ।
ਖਰਪੂ ਸਾਹਿਬ, ਜਿਸ ਤਰੀਕੇ ਨਾਲ ਕਾਂਗਰਸ ਇਲਜ਼ਾਮ ਲਾਉਂਦੀ ਆ ਕਿ ਸਿਰਫ ਸਾਡੀ ਪਾਰਟੀ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਭਾਜਪਾ ਦੇ ਵੱਲੋਂ, ਪਰ ਜਿਹੜੀ ਹੁਣ ਇਹ ਈਡੀ ਦੀ ਕਾਰਵਾਈ ਹੈ ਇਹ ਵਾਕਈ ਦੇ ਵਿੱਚ, ਕਿਉਂਕਿ ਹੁਣ ਇਸ ਤਰੀਕੇ ਦੀ ਵੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਪਹਿਲਾਂ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ, ਉਸ ਤੋਂ ਬਾਅਦ ਈਡੀ ਦੀ ਕਾਰਵਾਈ, ਕਿਉਂਕਿ 2,000 ਕਰੋੜ ਦਾ ਜਿਹੜਾ ਮਾਮਲਾ ਸੀਗਾ ਉਹ ਵੀ ਇਲਜ਼ਾਮ ਲੱਗੇ ਸੀਗੇ ਭਾਰਤ ਭੂਸ਼ਣ ਆਸ਼ੂ ਤੇ, ਤਾਂ ਕਿਵੇਂ ਦੇਖਦੇ ਹੋ ਕਿ ਇਸ ਨੂੰ ਰਾਜਨੀਤੀ ਕਿਹਾ ਜਾ ਸਕਦਾ ਹੈ ਜਾਂ ਫਿਰ ਵਾਕਏ ਦੇ ਵਿੱਚ ਜਿਹੜੀ ਕਾਰਵਾਈ ਹੈ ਇਹ ਹੋਣੀ ਚਾਹੀਦੀ ਸੀਗੀ, ਤੇ ਜਿਹੜੀਆਂ ਏਜੰਸੀਆਂ ਨੇ ਭਾਵੇਂ ਵਿਜੀਲੈਂਸ ਹੈ ਭਾਵੇਂ ਈਡੀ ਹੈ ਉਹ ਬਣਦੀ ਕਾਰਵਾਈ ਹੀ ਕਰ ਰਹੀ ਹੈ? ਦੇਖੋ, ਸਿਆਸੀ ਪਾਰਟੀਆਂ ਕੋਲ ਇਸ ਗੱਲ ਕਹਿਣ ਤੋਂ ਬਿਨਾਂ ਕੋਈ ਗੱਲ ਨਹੀਂ ਹੁੰਦੀ। ਇਹ ਜੀ ਬਦਲਾਖੋਰੀ ਲਈ ਜਾ ਰਿਹਾ ਜੀ, ਇਹ ਸਾਡੇ ਪਾਰਟੀ ਦੇ ਬੰਦਿਆਂ ਨੂੰ ਤੰਗ ਕਰ ਰਹੇ ਨੇ। ਉਹ ਆਸ਼ੂ ਤੋਂ ਬਿਨਾਂ ਹੋਰ ਕਿਸੇ ਨੱਥੂ ਰਾਮ ਨੂੰ ਜਾਂ ਰਮੇਸ਼ ਕੁਮਾਰ ਨੂੰ ਜਾਂ ਬਾਬੂ ਰਾਮ ਨੂੰ ਜਾਂ ਟੇਕ ਚੰਦ ਨੂੰ ਕਿਉਂ ਨਹੀਂ ਫੜ ਲਿਆ? ਹੋਰ ਵੀ ਦੁਨੀਆ ਵੱਸ ਰਹੀ ਹੈ। ਜਿਹਨੇ ਕੋਈ ਚੋਰੀ ਕੀਤੀ ਹੁੰਦੀ ਹੈ, ਜਿਹਨੇ ਕੋਈ ਗੁਨਾਹ ਕੀਤਾ ਹੁੰਦਾ, ਉਸੇ ਤੱਕ ਇਹ ਜਿਹੜੀ ਚੀਜ਼ ਦੀ ਹਾਜ਼ਰ ਭਿਣਕ ਜਾਂਦੀ ਹੈ। ਇਸ ਲਈ ਬਾਜਵਾ ਸਾਹਿਬ ਦਾ ਇਹ ਕਹਿਣਾ ਵੀ ਸਾਡੀ ਪਾਰਟੀ ਦੇ ਖਿਲਾਫ ਹੀ ਕਾਰਵਾਈ ਹੋ ਰਹੀ ਹੈ। ਜੇ ਤੁਹਾਡੇ ਪਾਰਟੀ ਨੇ 5 ਸਾਲ ਰਾਜ ਕੀਤਾ, 5 ਸਾਲ ਰਾਜ ਕਰਕੇ ਉਹਨਾਂ ਨੇ ਜੋ ਕੁਛ ਪੰਜਾਬ ਦੀ ਡਿਵੈਲਪਮੈਂਟ ਕੀਤੀ ਹੈ, ਜੋ ਪੰਜਾਬ ਨੂੰ ਖਾਧਾ, ਜੋ ਕੁਛ ਪੰਜਾਬ ਦਾ ਹੰਢਾਇਆ, ਜੋ ਕੁਛ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਨੇ, ਉਹ ਤਾਂ ਸਭ ਨੂੰ ਪਤਾ ਹੈ। ਇਹ ਇਕੱਲੇ ਈਡੀ ਜਾਂ ਬੀਜੀ ਨੂੰ ਨਹੀਂ ਪਤਾ, ਇਹ ਤਾਂ ਪੰਜਾਬ ਦੇ ਹਰ ਇੱਕ ਜਨਤਾ ਨੂੰ ਪਤਾ ਹੈ ਕਿ 5 ਸਾਲ ਦੇ ਵਿੱਚ ਕੀ ਹੋਇਆ। ਹਾਂ, ਜ਼ਰੂਰ ਹੋਇਆ, ਇਹਨਾਂ ਨੇ ਬਹੁਤ ਡਿਵੈਲਪਮੈਂਟ ਕੀਤੀ ਹੈ। ਡਿਵੈਲਪਮੈਂਟ ਕੀ ਕੀਤੀ ਹੈ? ਜਿਹਨਾਂ ਦੇ ਕੋਲ ਸਾਈਕਲ ਹੁੰਦੇ ਸੀਗੇ, ਟੁੱਟੀਆਂ ਹੋਈਆਂ ਗੱਡੀਆਂ ਹੁੰਦੀਆਂ, ਉਹ ਵੱਡੀ ਵੱਡੀਆਂ 20-20 ਕਰੋੜ ਵਾਲੀਆਂ ਗੱਡੀਆਂ ਲੈ ਲਈਆਂ। ਜਿਹਨਾਂ ਕੋਲ ਬਾਲਿਆਂ ਵਾਲੇ ਘਰ ਹੁੰਦੇ ਸੀ ਉਹਨਾਂ ਦੀ ਕੋਠੀਆਂ ਪੈ ਗਈਆਂ। ਜਿਹਨਾਂ ਕੋਲ ਕੱਖ ਨਹੀਂ ਸੀ ਹੁੰਦਾ ਉਹਨਾਂ ਨੇ ਵਿਦੇਸ਼ਾਂ 'ਚ ਆਪਣੀਆਂ ਪ੍ਰੋਪਰਟੀਆਂ ਬਣਾ ਲਈਆਂ। ਜਿਹਨਾਂ ਦੇ ਕੁਛ ਨਹੀਂ ਸੀ ਹੁੰਦਾ ਅੱਜ ਉਹ ਆਪਣੇ ਆਪ ਨੂੰ ਇੰਨੇ ਰਈਸ, ਆਪਣੇ ਵੱਡੇ ਵੱਡੇ ਹੋਣ ਲੱਗ ਰਹੇ ਨੇ। ਇਹ ਡਿਵੈਲਪਮੈਂਟ ਉਹਦਾ ਹੁਣ ਸਾਰੀ ਦਾ ਜਿਹੜਾ ਭਾਂਡਾ ਉਹ ਫੁੱਟ ਰਿਹਾ, ਕਿਉਂਕਿ ਦੂਜੀ ਸਰਕਾਰ ਕਰਜਈ ਹੈ, ਉਹ ਸੋਚੇ ਕਰਜ਼ਾ ਕਿੱਥੋਂ ਆਇਆ, ਪੈਸਾ ਕਿੱਥੋਂ ਚੜਿਆ, ਇੰਨਾ ਫੰਡ ਆਏ ਨੇ ਕਿੱਥੇ ਗਏ। ਜਦੋਂ ਇਹ ਇਨਕਾਰੀ ਹੁੰਦੀ ਹੈ, ਕੋਈ ਬੰਦਾ ਫੜਿਆ ਜਾਂਦਾ, ਉਹ ਕਹਿੰਦਾ ਨਹੀਂ ਜੀ ਮੇਰੇ ਨਾਲ ਤਾਂ ਬਦਲਾ। ਇਹ ਕੋਈ ਬਦਲਾ ਖੋਰੂ ਕੋਈ ਭਾਵਨਾ ਨਹੀਂ ਹੈਗੀ। ਕੱਲ ਨੂੰ ਜੇ ਸਰਕਾਰ ਆਪ ਦੀ ਬਦਲ ਜਾਂਦੀ ਹੈ, ਕੱਲ ਨੂੰ ਸਰਕਾਰ ਬੀਜੇਪੀ ਦੀ ਆ ਜਾਂਦੀ ਹੈ ਜਾਂ ਕਾਂਗਰਸ ਦੀ ਆ ਜਾਂਦੀ ਹੈ ਜਾਂ ਅਕਾਲੀਆਂ ਦੀ ਆ ਜਾਂਦੀ ਹੈ, ਕੱਲ ਨੂੰ ਜਿਹੜੇ ਗਨਾਹ ਇਹ ਕਰ ਰਹੇ ਨੇ, ਜਿਵੇਂ ਇਹ ਇੰਨਾ ਇੰਨਾ ਫੰਡ ਬਾਹਰਲੀ ਸਟੇਟਾਂ ਦੇ ਪੰਜਾਬ ਦਾ ਖਰਚ ਕਰ ਰਹੇ ਨੇ, ਕੱਲ ਉਹਦੀ ਇਨਕੁਆਇਰੀ ਹੋਊਗੀ। ਇਹ ਆਪਣਾ ਜਿਹੜਾ ਜਹਾਜ਼ ਹੈ ਉਹਨੂੰ ਲੈ ਕੇ ਕੀਤਾ ਜਾਂਦਾ, ਉਹਦੀ ਇਨਕੁਆਇਰੀ ਹੋਊਗੀ। ਇਹ ਜੋ ਕੁਛ ਇਹ ਕਰ ਰਹੇ ਨੇ, ਇਨਕੁਆਇਰੀਆਂ ਹੁੰਦੀਆਂ ਹੁੰਦੀਆਂ, ਦੂਜਾ ਬੰਦਾ ਦੂਜੇ ਦੇ ਪਰਦੇ ਬੋਲਣ ਵਾਸਤੇ ਹਰ ਟਾਈਮ ਤਿਆਰ ਹੁੰਦਾ। ਇਸ ਲਈ ਕੱਲ੍ਹ ਪ੍ਰਤਾਪ ਸਿੰਘ ਬਾਜਵਾ ਨੇ ਪਟਿਆਲੇ ਹਲਕੇ ਦੇ ਵਿੱਚ ਜਾ ਕੇ ਸਰਦਾਰ ਲਾਲ ਸਿੰਘ ਜੀ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਕਿ ਜੋ ਇਹ ਕਾਰਵਾਈ ਕਰ ਰਹੀ ਹੈ ਆਪ, ਇਹ ਸਿਰਫ ਕਾਂਗਰਸੀਆਂ ਖਿਲਾਫ ਕਰ ਰਹੀ। ਕਹਿੰਦਾ ਜੇ ਆਪ ਦੇ ਵਿੱਚ ਜ਼ਰੂਰਤ ਹੈਗੀ ਹੈ ਤਾਂ ਉਹ ਮਹਾਰਾਣੀ ਪ੍ਰਨੀਤ ਕੌਰ ਦੇ ਖਿਲਾਫ ਜਾਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਰਕੇ ਦਿਖਾਉਣ, ਜਿਨ੍ਹਾਂ ਨੇ ਪਿੱਛੇ ਜੋ ਖੇਤੀਬਾੜੀ ਪਰਾਲੀ ਦੇ ਵਾਸਤੇ ਜੋ ਪੈਸੇ ਆਇਆ ਸੀ 914 ਕਰੋੜ, ਕਿੰਨਾ ਪੈਸਾ ਆਇਆ ਸੀਗਾ ਉਹਦਾ ਕੋਈ ਪਤਾ ਹੀ ਨਹੀਂ ਲੱਗਿਆ ਹੈਗਾ। ਉਹਦੇ ਵਿੱਚ 150 ਕਰੋੜ ਦਾ ਜਿਹੜੇ ਸੀਗੇ ਮਸ਼ੀਨਰੀ ਉਹ ਹੀ ਗੁੰਮ ਹੋ ਗਈ, ਉਹਦਾ ਵੀ ਕੁਛ ਨਹੀਂ ਪਤਾ ਲੱਗ ਰਿਹਾ। ਦੂਜਾ ਕਹਿਣ ਲੱਗਿਆ ਵੀ ਮਹਾਰਾਣੀ ਪ੍ਰਨੀਤ ਕੌਰ ਨੇ ਪਿਛਲੀ ਇਲੈਕਸ਼ਨਾਂ ਦੇ ਵਿੱਚ ਮਹਾਰਾਜਾ ਅਮਰਿੰਦਰ ਸਿੰਘ ਪਾਰਟੀ ਛੱਡ ਕੇ ਸੀ, ਉਹਨਾਂ ਨੇ ਆਜ਼ਾਦ ਇਲੈਕਸ਼ਨ ਲੜੀ ਸੀ ਅਤੇ ਆਪਣੀ ਪਾਰਟੀ ਬਣਾਈ ਸੀ। ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਦੀ MP ਹੁੰਦੇ ਹੋਏ ਉਸ ਆਪਣੇ ਪਤੀ ਦੀ ਮਦਦ ਕੀਤੀ ਹੈ, ਇਸ ਲਈ ਪਾਰਟੀ ਦੇ ਵਿੱਚ ਉਹਨਾਂ ਨੂੰ ਕੱਢਿਆ ਜਾ ਚੁੱਕਿਆ ਹੈ। ਉਹਨਾਂ ਦੀ ਪਾਰਟੀ ਦੇ ਵਿੱਚ ਕੋਈ ਵੀ ਜੁਰਅਤ ਨਹੀਂ ਹੈਗੀ, ਥਾਂ ਨਹੀਂ ਹੈਗੀ। ਅਗਰ ਉਹਨਾਂ ਨੂੰ ਹਰਪੂ ਸਾਹਿਬ ਜਿਸ ਤਰੀਕੇ ਦੇ ਨਾਲ ਪਹਿਲਾਂ ਚਰਚਾਵਾਂ ਜਿਸ ਤਰੀਕੇ ਨਾਲ ਪਹਿਲਾਂ ਚਰਚਾਵਾਂ ਚੱਲਦੀਆਂ ਸੀ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਕਿ ਫਤਿਹ ਜੰਗ ਬਾਜਵਾ ਜਿਹੜੇ ਕਿ ਭਾਜਪਾ ਕੈਪਟਨ ਦੇ ਨਾਲ ਹੀ ਨੇ ਅੱਜ ਕੱਲ੍ਹ ਭਾਜਪਾ ਦੇ ਵਿੱਚ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਪਾਰਟੀ ਹੈ ਉਹ ਵੀ ਇੱਕ ਤਰੀਕੇ ਨਾਲ ਭਾਜਪਾ ਦੇ ਨਾਲ ਅਟੈਚ ਨੇ, ਗੱਠਜੋੜ ਹੈ, ਤਾਂ ਇਹ ਚਰਚਾਵਾਂ ਸੀਗੀਆਂ ਕਿ ਫਤਿਹ ਜੰਗ ਬਾਜਵਾ ਦਾ ਜਿਹੜਾ ਬੇਟਾ ਹੈ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਭਤੀਜਾ ਹੈ ਉਹਨੂੰ DSP ਲਾਉਣ ਦੀ ਗੱਲ ਆ ਰਹੀ ਸੀ, ਪਰ ਜਦੋਂ ਇਹ ਮੁੱਦਾ ਉੱਠਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਨੌਕਰੀ ਲੈਣ ਤੋਂ ਮਨਾ ਕਰ ਦਿੱਤਾ। ਤਾਂ ਜੇਕਰ ਪ੍ਰਤਾਪ ਸਿੰਘ ਬਾਜਵਾ ਦੇ ਭਤੀਜੇ ਨੂੰ DSP ਲਗਾ ਦਿੱਤਾ ਜਾਂਦਾ ਕੈਪਟਨ ਵੱਲੋਂ, ਤਾਂ ਫਿਰ ਕੈਪਟਨ ਠੀਕ ਹੋਣਾ ਸੀ? ਦੇਖੋ, ਮੈਂ ਤਾਂ ਉਹੀ ਗੱਲ ਕਰਾਂ, ਇਹ ਸਿਆਸੀ ਬੰਦੇ ਗਰਜਾਂ ਦੇ ਨਾਲ ਜੁੜੇ ਹੋਏ ਨੇ, ਇਹ ਆਪਣੀਆਂ ਲੋੜਾਂ ਨਾਲ ਆਪਣੇ ਕੰਮਾਂ ਨਾਲ। ਜੇ ਤੁਸੀਂ ਮੇਰਾ ਕੋਈ ਕੰਮ ਕਰ ਦਿਓ, ਚੱਠਾ ਸਾਹਿਬ ਬਹੁਤ ਚੰਗੇ ਨੇ, ਜੇ ਚੱਠਾ ਸਾਹਿਬ ਮੇਰਾ ਕੰਮ ਨਹੀਂ ਕਰਦਾ, ਚੱਠਾ ਸਾਹਿਬ ਬਹੁਤ ਮਾੜੇ ਨੇ। ਉਹੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਵੇਰੇ ਜਾ ਕੇ ਬਾਰ 'ਚ ਬਹਿੰਦੇ ਸੀ ਔਰ ਤਰੀਫਾਂ ਕਰਦੇ ਸੀ, ਕੈਪਟਨ ਵਰਗਾ ਕੋਈ ਇਮਾਨਦਾਰ, ਕੈਪਟਨ ਵਰਗਾ ਦੂਰ ਅੰਦੇਸ਼, ਕੈਪਟਨ ਵਰਗਾ ਵਧੀਆ ਬੰਦਾ, ਕੈਪਟਨ ਵਰਗਾ ਫਰਾਕ ਦਿਲ ਬੰਦਾ ਕੋਈ ਨਹੀਂ। ਅੱਜ ਉਹੀ ਕੈਪਟਨ ਇਹਨਾਂ ਨੂੰ ਮਾੜਾ ਲੱਗਦਾ, ਕਿਉਂਕਿ ਉਹਨਾਂ ਨੇ ਤਾਂ ਨੌਕਰੀਆਂ ਦੇ ਦਿੱਤੀ ਸੀਗੀਆਂ, ਪਰ ਜਦੋਂ ਰੌਲਾ ਪਿਆ
ਇਹਨਾਂ ਦੀ ਪਾਰਟੀ ਦੇ ਵਿੱਚ ਹੀ ਇਹ ਸੁਰਾਂ ਉੱਠੀਆਂ ਵੀ ਅੰਨਾ ਬੰਡੇ ਸੀਰ ਨੀ ਮੁੜ ਆਪਣਿਆਂ ਨੂੰ ਦੇ। ਉਧਰ ਬੇਅੰਤ ਸਿੰਘ ਦੇ ਪੋਤੇ ਦੇ ਬੱਚੇ ਨੂੰ ਨੌਕਰੀ ਦਿੱਤੀ ਗਈ ਵੀ ਇਹਦੇ ਉਹ ਇੱਕ ਇਹਨਾਂ ਨੂੰ ਦਿੱਤੀ ਗਈ ਕਿ ਹੋਰ ਪੰਜਾਬ ਦੇ ਨੌਜਵਾਨ ਇੰਨੇ ਪੜ੍ਹ ਲਿਖ ਕੇ ਡਿਗਰੀਆਂ ਪਾਏ ਰੋਜ਼ ਸੜਕਾਂ 'ਤੇ ਧੱਕੇ ਖਾਂਦੇ ਨੇ, ਉਹਨਾਂ ਦੇ ਵਿੱਚ ਕੋਈ ਲਾਇਕ ਹੈ ਹੀ ਨਹੀਂ ਹੈਗਾ। ਇਸ ਲਈ ਇਹਨਾਂ ਨੇ ਉਹ ਨੌਕਰੀ ਛੱਡਣੀ ਪਈ, ਮਜਬੂਰੀ ਛੱਡਣੀ ਪਈ। ਇਸ ਕਰਕੇ ਉਹ ਜਿਹੜਾ ਹੁੰਦਾ ਸਿਆਸੀ ਬੰਦਾ ਥੋੜ੍ਹੀ ਥੋੜ੍ਹੀ ਗੱਲਾਂ ਵਿੱਚ ਕੀੜ ਕਰਦਾ ਅਤੇ ਉਹ ਬਹਾਨਾ ਪਾਲਦਾ ਕਿ ਮੈਨੂੰ ਕੋਈ ਨਾ ਕੋਈ ਬਹਾਨਾ ਮਿਲੇ। ਇਸ ਕਰਕੇ ਬਾਜਵਾ ਸਾਹਿਬ ਉਹੀ ਬਾਜਵਾ ਸਾਹਿਬ ਸੀ ਜਿਹੜੇ ਆਪ ਆ ਕੇ ਮਹਾਰਾਜ ਸਾਹਿਬ ਦੀ ਕੋਠੀ ਵਿੱਚ ਮਿਲ ਵਾਸਤੇ ਆਏ ਸੀ ਇਹਨਾਂ ਨੇ। ਅੱਜ ਉਹੀ ਬਾਜਵਾ ਨੇ ਜਿਹੜੇ ਬਿਲਕੁਲ ਉਹ ਕਹਿੰਦੇ ਜਿਹੜੀ ਇਨਕੁਆਇਰੀ ਹੋਣੀ ਚਾਹੀਦੀ ਹੈ ਜੋ ਕੁਛ ਮਹਾਰਾਜਾ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਜਾ ਰਿਹਾ ਜੋ ਕੀਤਾ ਠੀਕ ਹੈ। ਇਹ ਸਿਆਸੀ ਬੰਦਿਆਂ ਦੀਆਂ ਜਿਹੜੀਆਂ ਹੁੰਦੀਆਂ ਨੇ ਇਹ ਗੱਲਾਂ ਕਹਿਣ ਦੀਆਂ ਹੋਰ ਹੁੰਦੀਆਂ ਨੇ। ਹੋ ਸਕਦਾ ਸ਼ਾਮ ਨੂੰ ਕੌਫੀ ਇਕੱਠੇ ਬੈਠ ਕੇ ਪੀਂਦੇ ਹੋਣ, ਜੇ ਮੈਂ ਬੈਠਿਆ ਕੌਫੀ ਬਾਰ ਦੇ ਵਿੱਚ ਇਹ ਵੀ ਸ਼ਾਇਦ ਇੱਥੇ ਆ ਜਾਣ ਪੀ ਲੈਂਦੇ ਨੇ। ਪਰ ਇਹਨਾਂ ਦੇ ਲੋਕਾਂ ਨੂੰ ਇਹ ਗੁੰਮਰਾਹ ਕਰਨ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ ਨੇ। ਅੰਦਰੋਂ ਸਾਰੇ ਹੀ ਇੱਕੇ ਹੱਟੀ ਸੱਟੀ ਦੇ ਵੱਟੇ ਹੁੰਦੇ ਨੇ ਅੰਦਰੋਂ ਸਾਰੇ ਇਕੱਠੇ। ਜੀ ਬਿਲਕੁਲ, ਤਾਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਹੁਣ ਇਹ ਮਾਮਲਾ ਉੱਠਿਆ, ਪ੍ਰਤਾਪ ਸਿੰਘ ਬਾਜਵਾ ਨੇ ਕਾਰਵਾਈ ਦੇ ਲਈ ਚੁਣੌਤੀ ਦਿੱਤੀ ਹੈ ਭਗਵੰਤ ਮਾਨ ਨੂੰ ਕਿ ਕੈਪਟਨ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ। ਹਾਲਾਂਕਿ ਜਿਸ ਸਰਕਾਰ ਦੇ ਵਿੱਚ ਜਿਹੜੇ ਮੰਤਰੀਆਂ ਦੇ ਉੱਤੇ ਘੁਟਾਲਿਆਂ ਦੇ ਇਲਜ਼ਾਮ ਲੱਗੇ ਨੇ, ਉਹਨਾਂ ਦੇ ਮੁੱਖ ਮੰਤਰੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਸੀ, ਤਾਂ ਕਿਤੇ ਨਾ ਕਿਤੇ ਜਾਂਚ ਇਸ ਮਾਮਲੇ ਦੀ ਵੀ ਹੋਣੀ ਚਾਹੀਦੀ ਹੈ। ਤਾਂ ਉਧਰ ਖਾਨਪੁਰ ਸਾਹਿਬ ਗੱਲ ਕਰਾਂਗੇ, ਕਾਂਗਰਸ ਪਾਰਟੀ ਦੀ ਜਿਸ ਤਰੀਕੇ ਦੇ ਨਾਲ ਪ੍ਰਧਾਨਗੀ ਨੂੰ ਲੈ ਕੇ ਉਹਨੂੰ ਸਸਪੈਂਸ ਖਤਮ ਹੋ ਗਿਆ, ਕਹਿੰਦੇ 17 ਅਕਤੂਬਰ ਨੂੰ ਪ੍ਰਧਾਨ ਦੀ ਚੋਣ ਹੋਣੀ ਹੈ, ਤਾਂ ਕੀ ਲੱਗਦਾ ਕਿਸਦੇ ਨਾਂ ਕਿਹੜੇ ਨਾਮ ਤੇ ਮੋਹਰ ਲੱਗ ਸਕਦੀ ਹੈ? ਦੇਖੋ ਚੱਠਾ ਸਾਹਿਬ, ਮੋਹਰ ਲੱਗਣੀ ਤਾਂ ਗੱਲ ਹੈ ਦਾਦੇ ਡਾਢੇ ਹੱਥ ਵਡਿਆਈਆਂ ਜਿਸ ਭਾਵੇਂ ਤੇ, ਇਹ ਤਾਂ ਉਸ ਪਰਮਾਤਮਾ ਦੀ ਛਤਰ ਚਾਹੇ ਹੁਣ। ਪਰ ਜਿਸ ਤੱਕ ਮੈਂ ਕਹਿਣਾ ਵੀ ਕੱਲ CPW ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ 2000 ਦੇ ਵਿੱਚ ਹੋਈ ਸੀ, ਅੱਜ 2022 ਹੈ, 22 ਸਾਲ ਹੋ ਗਏ, 22 ਸਾਲ ਦੇ ਵਿੱਚ ਕੋਈ ਇਲੈਕਟਿਡ ਪ੍ਰਧਾਨ ਨਹੀਂ ਬਣਿਆ, ਉਹਦੀ ਸੋਨੀਆ ਗਾਂਧੀ ਚੱਲੀ ਜਾ ਰਹੀ ਤੇ ਸੋਨੀਆ ਗਾਂਧੀ ਚੱਲਣਾ, ਇਹ ਕਹਿੰਦੇ ਜਿਹੜੀ ਜਿਹੜੀ ਹੁਣ ਇਲੈਕਸ਼ਨ ਹੋਊਗੀ ਇਹ ਡੈਲੀਗੇਟ ਕਰਨਗੇ, ਕਹਿੰਦੇ ਹਿੰਦੁਸਤਾਨ ਦੇ ਪੂਰੇ ਹਿੰਦੁਸਤਾਨ ਦੇ 9000 ਡੈਲੀਗੇਟ। ਆਨੰਦ ਸ਼ਰਮਾ ਨੇ ਜਿਹੜੇ E23 ਗਰੁੱਪ ਦੇ ਮੈਂਬਰ ਨੇ ਉਹ ਕਹਿੰਦਾ ਵੀ ਜੀ 9000 ਡੈਲੀਗੇਟ ਨੇ, ਸਾਨੂੰ ਇਹਦਾ ਦੱਸਿਆ ਜਾਵੇ ਕਿ ਕਿਹੜੇ ਸੂਬੇ ਦੇ ਕਿੰਨੇ ਨੇ, ਕਿਹੜੇ ਜ਼ਿਲ੍ਹੇ ਦੇ ਕਿੰਨੇ ਨੇ, ਕਿੰਨੇ ਬਲਾਕ ਦੇ ਕਿੰਨੇ ਨੇ, ਕਿੰਨੇ ਹੇਠਲੀ ਕਹਿ, ਕਹਿੰਦੇ ਉਹਦਾ ਦੱਸਿਆ ਨਹੀਂ ਜਾ ਰਿਹਾ ਹੈਗਾ, ਨਾ ਹੀ ਕੋਈ ਉਹਦੀ ਲਿਸਟ ਹੈ। ਉਹ ਜਿਹੜੀ ਲਿਸਟ ਹੈ ਉਹ ਵੀ ਇਹਨਾਂ ਕੋਲ ਜਿਵੇਂ ਸਰਪੰਚੀ ਦੀ ਇਲੈਕਸ਼ਨਾਂ ਵਿੱਚ ਵੋਟਾਂ ਬਣਦੀਆਂ, ਇਹ ਜਿਹੜਾ ਬੰਦੇ UP ਦੇ ਆਪਣੇ ਕੋਲ ਭੱਜੇ ਆਏ ਹੋਏ ਹੁੰਦੇ ਨੇ ਜਾਂ ਕੰਮ ਕਰਦੇ ਹੁੰਦੇ ਨੇ, ਆਪਾਂ ਉਹਨਾਂ ਦੀ ਵੋਟਾਂ ਹੀ ਬਣਾਇਆ, ਪਤਾ ਹੀ ਨਹੀਂ ਹੁੰਦਾ ਵੀ ਕਿਹਦੀ ਵੋਟ ਬੜੀ ਹੈ ਕਿਹਦੀ। ਜਦੋਂ ਵੋਟਾਂ ਵਾਲੇ ਦਿਨ ਭਰ ਕੇ ਟਰਾਲੀ ਆਪਾਂ ਲਿਆ ਕੇ ਉਹਨੂੰ ਬੂਥ 'ਤੇ ਖੜਾ, ਕਹਿੰਦੇ ਹਮਾਰੀ ਤਾਂ ਵੋਟ ਬੜੀ ਹੈ, ਦੇਖੋ ਮੈਂ ਜੈਰਾਮ ਹਾਂ, ਮੈਂ ਸੀਤਾਰਾਮ ਹਾਂ, ਮੈਂ ਬੋਲਾ ਹਾਂ, ਮੈਂ ਫਲਾਣਾ, ਉਹਦੀ ਵੋਟ ਪੈਂਦੇ। ਇਸ ਤਰ੍ਹਾਂ ਹੀ ਇਹਨਾਂ ਦਾ ਜਿਹੜੇ ਇਹਨਾਂ ਦੇ ਡੰਮੀ ਡੈਲੀਗੇਟ ਬਣਾਏ ਹੋਏ ਨੇ ਜਿਵੇਂ ਸ਼ਰਮਾ ਨੇ ਕਿਹਾ, ਕੋਈ ਸਾਨੂੰ ਤਾਂ ਪਤਾ ਹੀ ਨਹੀਂ। ਦੇਖੋ ਡੈਲੀਗੇਟਾਂ ਦੀ ਲਿਸਟ ਤਾਂ ਹੁੰਦੀ ਹੀ ਹੈ ਵੀ ਕਿਹੜਾ ਡੈਲੀਗੇਟ ਹੈ, ਪੰਜਾਬ ਦੇ ਕਿੰਨੇ ਨੇ, ਹਰਿਆਣੇ ਦੇ ਕਿੰਨੇ ਨੇ, UP ਦੇ ਕਿੰਨੇ ਨੇ, ਮੱਧ ਪ੍ਰਦੇਸ਼ ਦੇ ਕਿੰਨੇ ਨੇ, ਆਂਧਰਾ ਦੇ ਕਿੰਨੇ ਨੇ, ਕਰਨਾਟਕਾ ਦੇ ਕਿੰਨੇ, ਇਹ ਸਾਰੇ ਹੁੰਦੇ। ਪਰ ਉਹ ਕਹਿੰਦਾ ਸਾਨੂੰ ਪਤਾ ਹੀ ਨਹੀਂ ਵੀ ਕਿੰਨੇ ਕੈਂਡੀਡੇਟ, ਕਿੰਨੇ ਡੈਲੀਗੇਟ ਨੇ, ਔਰ ਜ਼ਿਲ੍ਹੇ ਦੇ ਡੈਲੀਗੇਟ ਕਿੰਨੇ ਨੇ, ਫਿਰ ਬਲਾਕ ਤਹਿਸੀਲਾਂ ਦੇ ਪੱਧਰ ਤੇ ਹੁੰਦਾ, ਫਿਰ ਬਲਾਕ। ਉਹ ਕਹਿੰਦਾ ਇਹ ਜਿਹੜਾ ਹੈ ਮੈਨੂੰ ਇਹ ਬੌਕਸ ਲੱਗਦਾ, ਪਰ ਜਿੱਥੇ ਤੱਕ ਹੋਣਾ ਮੁੜ ਕੇ ਇੱਥੇ ਹੀ ਆਉਣਾ ਕਿ ਸੋਨੀਆ ਗਾਂਧੀ ਤੋਂ ਬਿਨਾਂ ਉਸ ਪਾਰਟੀ ਦੇ ਉਹ ਡੈਲੀਗੇਟਾਂ ਵਿੱਚ ਕੋਈ ਹੋਰ ਆਪਣਾ ਨਾਂ ਹੀ ਨਾ ਪੇਸ਼ ਕਰੇ। ਅਤੇ ਇਹਦੀ ਜਿਹੜੀ ਪ੍ਰਕਿਰਿਆ ਹੈਗਾ ਇਹ 17 ਸਤੰਬਰ ਤੋਂ ਲੈ ਕੇ 24 ਸਤੰਬਰ ਤੱਕ ਇਹਦੇ ਨਾਮਜ਼ਦਗੀ ਪੇਪਰ ਭਰੇ ਜਾਣੇ ਜਿਹਨਾਂ ਜਿਹਨਾਂ ਨੇ, ਅਤੇ 19 ਤਰੀਕ ਨੂੰ ਇਸ ਦੀ ਜਿਹੜੀ ਹੈਗੀ ਹੈ ਵੋਟਾਂ ਪੈਣੀਆਂ ਨੇ। ਅਗਰ 19 ਤਰੀਕ ਨੂੰ ਵੋਟਾਂ ਪੈਂਦੀਆਂ ਨੇ, ਸਿਰਫ ਇੱਕੇ ਕੈਂਡੀਡੇਟ ਰਹਿ ਜਾਂਦਾ, ਇੱਕੇ ਕੈਂਡੀਡੇਟ, ਫਿਰ ਦੂਜੇ ਨਾਲ ਮੁਕਾਬਲਾ ਤਾਂ ਹੈ ਹੀ ਨਾ, ਉਹ ਤਾਂ ਪ੍ਰਧਾਨ ਚੁਣਿਆ ਗਿਆ ਕਿਉਂਕਿ ਬਿਨਾਂ ਮੁਕਾਬਲੇ ਚੁਣਿਆ ਗਿਆ। ਹੁਣ ਜਦੋਂ ਜਿਹਦੇ ਕੋਲ ਆਪਾਂ ਨੂੰ 9000 ਡੈਲੀਗੇਟਾਂ ਨੇ ਵੋਟਾਂ ਪਾਉਣੀਆਂ, ਆਪਾਂ ਨੂੰ ਪਤਾ ਨਹੀਂ ਉਹ 9000 'ਚ ਕਿਹੜਾ ਬੰਦਾ ਕਿਹੜਾ ਨਹੀਂ, ਜਦੋਂ ਮੇਰੇ ਕੋਲ ਲਿਸਟ ਹੀ ਨਹੀਂ, ਮੇਰੇ ਕੋਲ 10 ਬੰਦਿਆਂ ਦੀ ਲਿਸਟ ਵੀ ਹੈ ਨਹੀਂ, ਮੈਂ ਪ੍ਰਧਾਨਗੀ ਕਿਵੇਂ ਲੜੂੰਗਾ, ਚੱਠਾ ਸਾਹਿਬ ਕੋਲ 40 ਬੰਦਿਆਂ ਦੀ ਲਿਸਟ ਹੀ ਹੈ, ਉਹ ਕਿੱਥੋਂ ਇਲੈਕਸ਼ਨ ਲੜੂਗਾ। ਇਸ ਕਰਕੇ ਇਹ ਸਾਰੇ ਜਿਹੜੇ ਸਿਆਸੀ ਲੋਕ ਹੁੰਦੇ ਨੇ ਇਹਨਾਂ ਨੇ ਡੁਪਲੀਕੇਟ ਸੀ ਆਪਣੇ ਤੌਰ 'ਤੇ ਬੜਾ ਕੁਝ ਕੀਤਾ। ਇਹ ਇਕੱਲੇ ਇਹ ਨਹੀਂ, ਬਾਕੀ ਪਾਰਟੀਆਂ ਬਣਾਉਂਦੀਆਂ, ਜਿਹੜੇ ਸੂਬਾਈ ਪਾਰਟੀਆਂ ਨੇ ਉਹਨਾਂ ਦੇ ਵੀ ਡੈਲੀਗੇਟ ਬਣਦੇ ਨੇ, ਉਹ ਆਪਣੇ ਉਸੇ ਟਾਈਮ ਡੈਲੀਗੇਟਾਂ ਦੀ ਕੱਢ ਕੇ ਲਓ ਜੀ ਆਹ ਜਥੇਦਾਰ ਜੀ ਫਲਾਣੇ ਆ ਗਏ, ਇਹਨਾਂ ਦਾ 500 ਡੈਲੀਗੇਟ, ਹਾਂ ਜੀ ਹੱਥ ਖੜੇ ਕਰ ਲਓ ਕੌਣ ਪ੍ਰਧਾਨ ਹੈ ਜੀ, ਫਲਾਣਾ ਪ੍ਰਧਾਨ, ਆਹ ਦੂਜਾ ਮੱਖਣ ਸਿੰਘ ਆ ਗਿਆ, ਕਿੰਨੇ ਡੇਰਾ ਮੇਰੇ, ਉਹ ਇਸ ਤਰ੍ਹਾਂ ਹੀ ਹੁੰਦਾ। ਮੈਨੂੰ ਲੱਗਦਾ ਇਹ ਸਾਰਾ ਕੁਝ ਇਸੇ ਤਰ੍ਹਾਂ ਹੋਣਾ, ਇੱਕ ਲੋਕਾਂ ਦੇ ਵਿੱਚ ਇਹ ਚੀਜ਼ ਦਿਖਾਉਣੀ ਹੈ। ਦੇਖੋ ਜੀ ਇਲੈਕਸ਼ਨ ਹੋ ਗਈ ਸੀ, ਇਲੈਕਸ਼ਨ ਹੋ ਕੇ ਗਾਂਧੀ ਪਰਿਵਾਰ ਦੇ ਉੱਤੇ ਲੋਕਾਂ ਦਾ ਬਹੁਤ ਵੱਡਾ ਭਰੋਸਾ ਹੈ,
लोग नहीं चाहते कि गांधी परिवार के बिना देश में कोई चला सके। आपे उही जिहड़े बंदे आपां पहला भी गल की जिहड़े उहनां दे चाल पूख ने जिहड़े उच्च गिरदा उहनां दा हैगा उही बंदिआं ने आप ही नाम पेश करना है, आप ही डेलीगेट लियाउणे ने, आप ही इलैक्शन करवाउणी है। इस दे वास्ते जिहड़ा कन्वीनर बणाया मिस्त्री मधुसूदन मिस्त्री ने जिहड़े उह इस दी जिहड़ी देख रेख नूं करनगे उह भी इहनां दा खास हैगा। ਉਹੀ ਦੇਖਿਆ ਵੀ ਹਾਂ ਡੈਲੀਗੇਟ ਸਹੀ ਹੈ ਨਹੀਂ ਸੀਗੇ। ਇਸ ਲਈ ਜੋ ਕੁਛ ਹੋਇਆ ਇੱਕ ਇਹ ਸਿਰਫ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦੀ ਗੱਲ ਕਰੀ ਆ। ਜਿਹੜੀ ਚੋਣ ਹੋਣੀ ਆ ਉਹ ਤਾਂ ਪਾਰਟੀ ਦੇ ਜਿਹੜੇ ਵਰਕਰ ਨੇ ਪਾਰਟੀ ਦੇ ਲੀਡਰ ਆਪ ਹੀ ਦੱਸ ਦੇਣਗੇ। ਤੁਸੀਂ ਅੱਜ ਕੱਲ੍ਹ ਤੋਂ ਦੇਖ ਰੌਲਾ ਪੈਣਾ ਸ਼ੁਰੂ ਹੋ ਜਾਣਾ ਵੀ ਡੈਲੀਗੇਟ ਕੱਢੋ ਕਿੱਥੇ ਨੇ, ਵੀ ਡੈਲੀਗੇਟਾਂ ਦੀ ਹਟ ਕੇ ਭਰਤੀ ਕਰੋ, ਡੈਲੀਗੇਟਾਂ ਸੁਣ ਸਭਾ ਦੇ ਅਸੀਂ ਡੈਲੀਗੇਟ ਹੋਰ ਬਣਾਈਏ, ਕਿਉਂਕਿ ਜੇ ਡਿਪੈਂਡ ਡੈਲੀਗੇਟਾਂ 'ਤੇ ਕਰਦਾ ਜਿਹਦੇ ਵੱਲ ਗਿਣਤੀ ਜ਼ਿਆਦਾ ਹੋ ਜਾਏ ਉਹੀ ਪ੍ਰਧਾਨ ਬਣੂਗਾ। ਜੇ ਡੈਲੀਗੇਟ ਦਾ 9,000 ਦੇ ਵਿੱਚੋਂ ਜ਼ਿਆਦਾ ਇਹਨਾਂ ਦੇ ਹੀ ਆ ਜਾਂ ਹੱਦ ਤੋਂ ਵੱਧ ਇਹਨਾਂ ਨੇ ਬਣਾਇਆ ਦੂਜੇ ਨੂੰ ਪਤਾ ਹੀ ਨਹੀਂ। ਜਦੋਂ ਇੱਕ ਰਮਨ ਸ਼ਰਮਾ ਵਰਗਾ ਜਿਹੜਾ ਪੁਰਾਣਾ ਲੀਡਰ ਹੈ ਅਤੇ E23 ਦਾ ਮੈਂਬਰ ਹੈ ਉਹ ਬਹੁਤ ਬੰਦੇ ਉਹ ਛੱਡ ਕੇ ਚੱਲੇ, ਆਪਣਾ ਪੰਜਾਬ ਪਿੱਛੇ ਆਜ਼ਾਦ ਛੱਡ ਕੇ ਚਲੇ ਗਏ, ਕਸ਼ਮੀਰ ਵਾਲੇ ਗੁਲਾਮ ਨਬੀ ਆਜ਼ਾਦ ਛੱਡ ਕੇ ਚਲੇ ਗਏ, ਜੰਮੂ ਕਸ਼ਮੀਰ ਉਹ ਦੂਜੇ ਛੱਡ ਕੇ ਚਲੇ ਗਏ, ਹਿਮਾਚਲ ਵਾਲੇ ਅਤੇ ਉੱਧਰ ਬੰਬੇ ਵਾਲੇ ਬਹੁਤ ਛੱਡ ਕੇ ਜਾ ਰਹੇ। ਕਿਉਂ ਛੱਡ ਕੇ ਜਾ ਰਹੇ ਨੇ? ਉਹ ਜਿਹੜੀ ਚੀਜ਼ ਦਾ ਇਹ ਜਿਸ ਚੀਜ਼ ਦਾ ਇਹ ਦੁੱਖ ਜਾਂ ਰੋਹ ਉਹ ਕਰਦੇ ਨੇ ਉਹੀ ਚੀਜ਼ ਮੁੜ ਕੇ ਉਹ ਕਰ ਸੱਜੇ ਪਾਸੇ ਨੂੰ ਫੜਿਆ ਤਾਂ ਖੱਬੇ ਪਾਸੇ ਨੂੰ ਫੜ ਲਿਆ। ਪ੍ਰਧਾਨ ਇਹਨਾਂ ਨੇ ਇਹਨਾਂ ਇਸੇ ਪਰਿਵਾਰ ਨੂੰ ਰੱਖਣਾ ਜਿਵੇਂ ਮਰਜ਼ੀ। ਜੀ ਬਹੁਤ ਸ਼ੁਕਰੀਆ ਖਾਨਪੁਰ ਸਾਹਿਬ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਲਈ। ਚੱਟ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਦਾਸ ਨੂੰ ਸਵੇਰੇ ਸਵੇਰੇ ਆਪਣੇ ਮਨ ਦੇ ਵਿਚਾਰ ਤੁਹਾਡੇ ਤੱਕ ਸਾਂਝੇ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਤਾਂ ਸਾਡੇ ਨਾਲ ਸਾਨੂੰ ਅੱਗੇ ਸਿੱਖ ਬੁੱਧੀਜੀਵੀ ਅਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬਰਿੰਗ ਸਾਹਿਬ ਤਮਾਮ ਖਬਰਾਂ ਨੂੰ ਲੈ ਕੇ ਆਪਣੇ ਕੀਮਤੀ ਵਿਚਾਰ ਇਹਨਾਂ ਨੇ ਰੱਖੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਕਮੈਂਟ ਕਰਕੇ ਆਪਣੀ ਰਾਏ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਲਗਾਤਾਰ ਜੁੜੇ ਰਹੋ ਵਿਨਿੰਗ ਪੰਜਾਬ ਟੀਵੀ ਦੇ ਨਾਲ। ਇਸ ਪ੍ਰੋਗਰਾਮ 'ਚ ਫਿਲਹਾਲ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।